ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੰਜ ਆਪ ਸਟੱਡੀ ਦੇ ਵਿੱਚ ਸੋ ਦੋਸਤੋ ਹਾਜ਼ਰਾਂ ਤੁਹਾਡੇ ਲਈ ਆਪਣੀ ਅੱਜ ਦੀ MCQ's ਦੀ ਕਲਾਸ ਲੈ ਕੇ ਇਸ ਕਲਾਸ ਦੇ ਵਿੱਚ ਆਪਾਂ ਟੌਪ 20 MCQ's ਡਿਸਕਸ ਕਰਾਂਗੇ ਜੋ ਕਿ ਸਿੱਖ ਗੁਰੂਆਂ ਦੇ ਨਾਲ ਰਿਲੇਟਡ ਹੋਣਗੇ ਹਰ ਇੱਕ ਭਾਰਤੀ ਦੇ ਵਿੱਚ ਬਾਰ-ਬਾਰ ਪੁੱਛੇ ਜਾਣ ਵਾਲੇ ਇਹ ਪ੍ਰਸ਼ਨ ਨੇ ਜਿਹੜੇ ਆਪਾਂ ਇਸ ਕਲਾਸ ਦੇ ਵਿੱਚ ਲੈ ਕੇ ਆਏ ਆ ਬਹੁਤ ਹੀ ਮਹੱਤਵਪੂਰਨ ਇਹ ਪ੍ਰਸ਼ਨ ਰਹਿਣ ਵਾਲੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਸਾਰੀਆਂ ਹੀ ਭਾਰਤੀਆਂ ਦੇ ਵਾਸਤੇ ਪੰਜਾਬੀ ਦਾ ਜਿਹੜਾ ਕੁਆਲੀਫਾਈਇੰਗ ਨੇਚਰ ਦਾ ਪੇਪਰ ਹੈ ਲਾਜ਼ਮੀ ਕੀਤਾ ਹੈ ਉਹ ਪੇਪਰ ਦੇ ਵਿੱਚ ਸਿਲੇਬਸ ਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਸਿੱਖ ਗੁਰੂਆਂ ਦੀਆਂ ਰਚਨਾਵਾਂ ਤੇ ਉਹਨਾਂ ਦੀਆਂ ਜੀਵਨੀਆਂ ਤਾਂ ਉਹਨਾਂ ਦੇ ਵਿੱਚੋਂ ਕੁਐਸਚਨ ਬਣਨੇ ਬਹੁਤ ਹੀ ਸੁਭਾਵਿਕ ਨੇ ਤੇ ਉਹ ਕੁਐਸਚਨ ਬਣਨਗੇ ਵੀ ਤੇ ਆਪਾਂ ਉਹੀ ਕੁਐਸਚਨ ਲੈ ਕੇ ਆਏ ਜਿਹੜੇ ਕਿ ਬਾਰ-ਬਾਰ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ ਇਸ ਕਲਾਸ ਨੂੰ ਕੰਪਲੀਟ ਜ਼ਰੂਰ ਦੇਖ ਲਿਓ ਹਰ ਇੱਕ ਭਾਰਤੀ ਦੇ ਵਿੱਚ ਤੁਹਾਨੂੰ ਇਹ ਪ੍ਰਸ਼ਨ ਕੰਮ ਆਉਣਗੇ ਤਾਂ ਕਲਾਸ ਨੂੰ ਕੰਪਲੀਟ ਜਰੂਰ ਦੇਖੋ ਜੇਕਰ ਪਹਿਲੀ ਵਾਰ ਚੈਨਲ ਦੇ ਨਾਲ ਤੁਸੀਂ ਜੁੜ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤਾਂ ਦੇਖੋ ਜੀ ਪਹਿਲੇ ਕੁਐਸਚਨ ਦੇ ਵੱਲ ਆਪਾਂ ਪਹੁੰਚਦੇ ਹਾਂ ਤੇ ਇਸ ਕਲਾਸ ਦੇ ਨਾਲ ਤੁਹਾਡੀ ਤਿਆਰੀ ਵੀ ਚੈੱਕ ਹੋਏਗੀ ਕਿ ਤੁਹਾਡੀ ਤਿਆਰੀ ਕਿਸ ਤਰ੍ਹਾਂ ਚੱਲਦੀ ਪਈ ਹੈ ਭਾਰਤੀਆਂ ਦੀ ਤੇ ਨਾਲ ਹੀ ਤੁਸੀਂ ਕਿੰਨੇ ਸਕੋਰ ਇਸ ਕਲਾਸ ਦੇ ਵਿੱਚੋਂ ਲੈਣੇ ਹੋ ਟੌਪ 20 ਜਿਹੜੇ ਆਪਾਂ ਕੁਐਸਚਨ ਵੀ ਲੈ ਕੇ ਆਏ ਆ ਉਹਨਾਂ ਦੇ ਵਿੱਚੋਂ ਕਿੰਨੇ ਕੁਐਸਚਨ ਤੁਹਾਡੇ ਸਹੀ ਹੋਣਗੇ ਇਹ ਕਮੈਂਟ ਬਾਕਸ ਦੇ ਵਿੱਚ ਤੁਸੀਂ ਨੇ ਜ਼ਰੂਰ ਦੱਸਣਾ ਤਾਂ ਦੇਖੋ ਜੀ ਜਿਹੜਾ ਪਹਿਲਾ ਪ੍ਰਸ਼ਨ ਹੈ ਪਹਿਲੇ ਪ੍ਰਸ਼ਨ ਦੇ ਵੱਲ ਚੱਲਦੇ ਆ ਅੰਮ੍ਰਿਤਸਰ ਸ਼ਹਿਰ ਕਿਸ ਗੁਰੂ ਸਾਹਿਬ ਜੀ ਨੇ ਬਸਾਇਆ ਤਾਂ ਇਸ ਦੀਆਂ ਚਾਰ ਆਪਸ਼ਨਾਂ ਨਹੀਂਆਂ ਆਪਸ਼ਨ A ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਰਾਮਦਾਸ ਜੀ ਜਾਂ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਆਪਸ਼ਨ C ਹੈ ਸ੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀਗਾ ਅਮਰਤਸਰ ਸ਼ੈਰ ਠੀਕ ਹੈ ਜੀ ਤਾਂ ਉਸ ਤੋਂ ਬਾਅਦ ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ ਕੁਐਸਚਨ ਨੰਬਰ 2 ਮਸੰਦ ਪ੍ਰਥਾ ਕਿਸ ਗੁਰੂ ਸਾਹਿਬ ਜੀ ਦੁਆਰਾ ਸ਼ੁਰੂ ਕੀਤੀ ਗਈ ਮਸੰਦ ਪ੍ਰਥਾ ਤਾਂ ਦੇਖੋ ਜੀ ਕਿਸ ਗੁਰੂ ਸਾਹਿਬ ਜੀ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਮਸੰਦ ਪ੍ਰਥਾ ਆਪਸ਼ਨ A ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਫਿਰ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ C ਹੈਗਾ ਇਸ ਦਾ ਵੀ ਠੀਕ ਹੈ ਗੁਰੂ ਰਾਮਦਾਸ ਜੀ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਜਿਹੜੀ ਮਸੰਦ ਪ੍ਰਥਾ ਸੀਗੀ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 3 ਤੇ ਮਲ ਅਖਾੜੇ ਦੀ ਪਰੰਪਰਾ ਕਿਸ ਗੁਰੂ ਦੁਆਰਾ ਸ਼ੁਰੂ ਕੀਤੀ ਗਈ ਠੀਕ ਹੈ ਜੀ ਆਪਸ਼ਨ ਏ ਸ੍ਰੀ ਗੁਰੂ ਅੰਗਦ ਦੇਵ ਜੀ ਜਾਂ ਸ੍ਰੀ ਗੁਰੂ ਹਰगोबिंद ਜੀ ਸ੍ਰੀ ਗੁਰੂ ਅਮਰਦਾਸ ਜੀ ਜਾਂ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਇਹਨਾਂ ਦੇ ਵਿੱਚੋਂ ਦੱਸੋ ਜੀ ਕਿਸ ਗੁਰੂ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ ਮਲ ਅਖਾੜੇ ਦੀ ਪਰੰਪਰਾ ਆਪਸ਼ਨ ਏ ਹੈ ਜੀ ਜਿਹੜੀ ਇਸ ਦਾ ਰਾਈਟ ਆਨਸਰ ਹੋਏਗਾ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਇਹ ਮੱਲ ਅਖਾੜੇ ਦੀ ਜਿਹੜੀ ਪਰੰਪਰਾ ਸੀਗੀ ਠੀਕ ਹੈ ਉਸ ਤੋਂ ਬਾਅਦ ਕੁਐਸਚਨ ਨੰਬਰ 4 ਤੇ ਚੱਲਦੇ ਆ ਤਾਂ ਇੱਕ ਵਾਰ ਕਮੈਂਟ ਬਾਕਸ ਦੇ ਵਿੱਚ ਜਿਹੜਾ ਫਾਈਨਲ ਕਮੈਂਟ ਬਾਕਸ ਹੁੰਦਾ ਹੈ ਉਸ ਦੇ ਵਿੱਚ ਤੁਸੀਂ ਸਾਰੇ ਗੁਰੂਆਂ ਦੇ ਨਾਮ ਸੀਰੀਜ਼ ਵਾਈਜ਼ ਲਿਖ ਕੇ ਜਰੂਰ ਦੱਸਿਓ ਜਿਵੇਂ ਕਿ ਇੱਕ ਪਾ ਕੇ ਇੱਕ ਦੇ ਸਾਹਮਣੇ ਪਹਿਲੇ ਗੁਰੂ ਦਾ ਨਾਂ ਫਿਰ ਦੂਜੇ ਇਜੇ ਇਸ ਤਰ੍ਹਾਂ ਇੱਕ ਹੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਸਾਰੇ ਗੁਰੂਆਂ ਦੇ ਨਾਮ ਸੀਕੁਐਂਸ ਵਾਈਜ਼ ਜ਼ਰੂਰ ਲਿਖ ਕੇ ਦੱਸਿਓ ਤਾਂ ਜਿਹੜੇ ਕੈਂਡੀਡੇਟ ਦਾ ਸਭ ਤੋਂ ਪਹਿਲਾਂ ਕਮੈਂਟ ਆਏਗਾ ਤੇ ਸਹੀ ਦੱਸਿਆ ਹੋਏਗਾ ਉਸ ਦਾ ਕਮੈਂਟ ਆਪਾਂ ਪਿੰਨ ਕਰਾਂਗੇ ਤਾਂ ਦੇਖੋ ਜੀ ਕੁਐਸਚਨ ਨੰਬਰ 4 ਤੇ ਚੱਲਦੇ ਹਾਂ ਮੰਜੀ ਪ੍ਰਥਾ ਕਿਸ ਗੁਰੂ ਸਾਹਿਬ ਜੀ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਮੰਜੀ ਪ੍ਰਥਾ ਆਪਸ਼ਨ ਏ ਗੁਰੂ ਅੰਗਦ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਦਾ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਗੁਰੂ ਅਮਰਦਾਸ ਜੀ ਦੇ ਦੁਆਰਾ ਸ਼ੁਰੂ ਕੀਤੀ ਗਈ ਸੀ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੋ ਜਾਏਗਾ ਬਾਈ ਮੰჯਿਆਂ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਕੁਐਸਚਨ ਨੰਬਰ 5 ਤੇ ਤੇ ਜੇਕਰ ਕਲਾਸ ਤੁਹਾਨੂੰ ਵਧੀਆ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਇਸ ਤਰ੍ਹਾਂ ਦੀਆਂ ਹੋਰ ਕਲਾਸਸ ਵੀ ਆਪਾਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਪੰਜਵੇਂ ਪ੍ਰਸ਼ਨ ਤੇ ਚੱਲਦੇ ਹਾਂ ਬਾਲਾ ਪ੍ਰੀਤਮ ਜਪ ਬਾਲਾ ਪੀਰ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਬਹੁਤ ਵਾਰ ਇਹ ਕੁਐਸਚਨ ਹੈਗਾ ਜਿਹੜਾ ਪੇਪਰਾਂ ਦੇ ਵਿੱਚ ਪੁੱਛਿਆ ਗਿਆ ਹੈ ਆਪਸ਼ਨ ਏ ਗੁਰੂ ਅਰਜਨ ਦੇਵ ਜੀ ਗੁਰੂ ਹਰਿਕ੍ਰਿਸ਼ਨ ਜੀ ਗੁਰੂ ਹਰ राय ਜੀ ਤੇ ਜਾਂ ਫਿਰ ਗੁਰੂ ਅੰਗਦ ਦੇਵ ਜੀ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਬੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਕਿਹਾ ਜਾਂਦਾ ਹੈ ਬਾਲਾ ਪ੍ਰੀਤਮ ਜਾਂ ਫਿਰ ਬਾਲਾ ਪੀਰ ਠੀਕ ਹੈ ਤਾਂ ਇਸ ਦੀ অপਸ਼ਨ ਬੀ ਰਾਈਟ ਆਨਸਰ ਹੋਏਗਾ ਗੁਰੂ ਹਰਿਕ੍ਰਿਸ਼ਨ ਜੀ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 6 ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਜਾਂ ਉਸਾਰੀ ਕਿਸ ਗੁਰੂ ਸਾਹਿਬ ਜੀ ਦੇ ਦੁਆਰਾ ਕਰਵਾਈ ਗਈ ਸੀ অপਸ਼ਨ ਏ ਗੁਰੂ ਅੰਗਦ ਦੇਵ ਜੀ ਬੀ ਹਰ ਗੋਬਿੰਦ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਗੁਰੂ ਹਰਗੋਬਿੰਦ ਜੀ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਗੁਰੂ ਹਰਗੋਬਿੰਦ ਜੀ ਦੇ ਦੁਆਰਾ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਗਈ ਸੀਗੀ ਠੀਕ ਹੈ ਤਾਂ ਇਹ ਰਾਈਟ ਆਨਸਰ ਹੋ ਜਾਏਗਾ ਆਪਸ਼ਨ ਬੀ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਕੁਐਸਚਨ ਨੰਬਰ 7 ਤੇ ਤੇ ਦੇਖੋ ਦੋਸਤੋ ਜੇਕਰ ਤੁਸੀਂ ਪੰਜਾਬ ਪੁਲਿਸ ਜਾਂ ਕਿਸੇ ਹੋਰ ਭਾਰਤੀ ਦੇ ਵਾਸਤੇ ਮੈਥਿਕ ਦੀ ਤਿਆਰੀ ਕਰਨਾ ਚਾਹੁੰਦੇ ਹੋ ਜਾਂ ਕਿਸੇ ਵੀ ਸਬਜੈਕਟ ਦੇ ਬਾਰੇ ਬੇਸਿਕ ਤੋਂ ਪੜ੍ਹਨ ਚਾਹੁੰਦੇ ਹੋ ਪਲੇਲਿਸਟਾਂ ਬਣੀਆਂ ਹੋਈਆਂ ਨੇ ਜਾ ਕੇ ਦੇਖ ਸਕਦੇ ਹੋ ਆਪਣੇ ਚੈਨਲ ਦੇ ਉੱਤੇ ਤਿਆਰੀ ਚੱਲਦੀ ਪਈ ਹੈ ਤੇ ਪਿਛਲੇ ਸਾਲ ਵੀ ਜਿਹੜੀ ਆਪਾਂ ਨੇ ਤਿਆਰੀ ਕੀਤੀ ਸੀਗੀ ਉਹ ਸਾਰੀਆਂ ਪਲੇਲਿਸਟਾਂ ਤੁਸੀਂ ਕੰਪਲੀਟ ਜਾ ਕੇ ਜ਼ਰੂਰ ਦੇਖ ਲਓ ਬੇਸਿਕ ਲੈਵਲ ਤੋਂ ਆਪਾਂ ਨੇ ਮੈਥ ਰੀਜ਼ਨਿੰਗ ਪੰਜਾਬ ਜੀਕੇ ਸਭ ਕੁਝ ਕੰਪਲੀਟ ਕੀਤਾ ਹੋਇਆ ਉਹ ਜਾ ਕੇ ਤੁਸੀਂ ਨੇ ਇੱਕ ਵਾਰ ਜ਼ਰੂਰ ਦੇਖਣਾ ਤੇ ਦੇਖੋ ਜੀ ਪ੍ਰਸ਼ਨ ਨੰਬਰ 7 ਤੇ ਚੱਲਦੇ ਆਂ ਹਿੰਦ ਦੀ ਚਾਦਰ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਦੇਖੋ ਜੀ ਸਾਰੇ ਜਿੰਨੇ ਵੀ ਕੁਐਸਚਨ ਬਣਦੇ ਨੇ ਆਪਾਂ ਸਾਰੇ ਕੁਐਸਚਨ ਤੁਹਾਡੇ ਵਾਸਤੇ ਇਸ ਕਲਾਸ ਦੇ ਵਿੱਚ ਲੈ ਕੇ ਆਏ ਆਂ ਤੇ ਜਿਹੜੀਆਂ ਰਚਨਾਵਾਂ ਨੇ ਰਚਨਾਵਾਂ ਦੇ ਨਾਲ ਰਿਲੇਟਡ ਵੀ ਇੱਕ ਤੁਹਾਨੂੰ ਅਲੱਗ ਕਲਾਸ ਆਪਾਂ ਲੈ ਕੇ ਆਵਾਂਗੇ ਦੇਖੋ ਜੀ ਇਸ ਦੇ ਵਿੱਚ ਹਿੰਦ ਦੀ ਚਾਦਰ ਪੁੱਛਿਆਗਾ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਆਪਸ਼ਨ A ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਆਪਸ਼ਨ B ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈ ਠੀਕ ਹੈ ਤੇ ਆਪਣੇ ਆਨਸਰ ਦੱਸਣ ਤੋਂ ਪਹਿਲਾਂ ਤੁਸੀਂ ਇੱਕ ਵਾਰ ਜਰੂਰ ਇਸ ਨੂੰ ਜਾਂ ਤਾਂ ਵੀਡੀਓ ਰੋਕ ਕੇ ਆਨਸਰ ਦੇਖਣ ਦੀ ਕੋਸ਼ਿਸ਼ ਕਰਿਆ ਕਰੋ ਤੇ ਤੁਸੀਂ ਦੇਖਿਆ ਕਰੋ ਕਿ ਕਿੰਨੇ ਕੁਐਸਚਨ ਤੁਹਾਡੇ ਇਸ ਕਲਾਸ ਦੇ ਵਿੱਚੋਂ ਸਹੀ ਜਾ ਰਹੇ ਨੇ ਤੇ ਐਂਡ ਦੇ ਵਿੱਚ ਕਮੈਂਟ ਕਰਕੇ ਦੱਸੋਗੇ ਕਿ ਕਿੰਨੇ ਕੁਐਸਚਨ ਤੁਹਾਡੇ ਇਸ ਦੇ ਵਿੱਚੋਂ ਸਹੀ ਸੀਗੇ ਜੇਕਰ 17 ਜਾਂ 17 ਤੋਂ ਪਲੱਸ ਤੁਹਾਡੇ ਕੁਐਸਚਨ ਇਸ ਕਲਾਸ ਦੇ ਵਿੱਚੋਂ ਸਹੀ ਨੇ ਤਾਂ ਤੁਸੀਂ ਬਹੁਤ ਵਧੀਆ ਤਿਆਰੀ ਆਪਣੀ ਕਰ ਰਹੇ ਹੋ ਠੀਕ ਹੈ ਜੀ ਤਾਂ ਪ੍ਰਸ਼ਨ ਨੰਬਰ 8 ਤੇ ਚੱਲਦੇ ਹਾਂ ਗੁਰਮੁਖੀ ਲਿਪੀ ਦੀ ਖੋਜ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਠੀਕ ਹੈ ਜਾਂ ਗੁਰਮੁਖੀ ਲਿਪੀ ਨੂੰ ਕਿਸ ਗੁਰੂ ਸਾਹਿਬ ਜੀ ਨੇ ਸਵਾਰਿਆ ਸੀਗਾ ਜਾਂ ਫਿਰ ਖੋਜ ਕੀਤੀ ਸੀ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਗੁਰਮੁਖੀ ਲਿਪੀ ਦੇ ਨਾਲ ਰਿਲੇਟਡ ਹੈ অপਸ਼ਨ ਏ ਗੁਰੂ ਅੰਗਦ ਦੇਵ ਜੀ ਜਾਂ ਗੁਰੂ ਹਰਗੋਬਿੰਦ ਜੀ ਜਾਂ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਗੁਰੂ ਅੰਗਦ ਦੇਵ ਜੀ অপਸ਼ਨ ਏ ਇਸ ਦਾ ਰਾਈਟ ਆਨਸਰ ਹੈਗਾ অপਸ਼ਨ ਏ ਗੁਰੂ ਅੰਗਦ ਦੇਵ ਜੀ ਠੀਕ ਹੈ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 9 ਤੇ ਖਡੂਰ ਸਾਹਿਬ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਖਡੂਰ ਸਾਹਿਬ ਦੀ ਆਪਸ਼ਨ ਏ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈ ਜੀ ਗੁਰੂ ਅੰਗਦ ਦੇਵ ਜੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ ਬੀ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਪੰਜਾਬ ਜੀਕੇ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ Google ਦੇ ਵਿੱਚ ਜਾ ਕੇ ਸਰਚ ਕਰ ਲੈਣਾ ਹੈ ਪੰਜ ਆਪ ਸਟਡੀ ਉੱਥੇ ਤੁਹਾਨੂੰ ਪਹਿਲੇ ਨੰਬਰ ਤੇ ਆਪਣੀ ਵੈਬਸਾਈਟ ਮਿਲ ਜਾਏਗੀ ਉੱਥੇ ਸਬਜੈਕਟਾਂ ਦੇ ਸੈਕਸ਼ਨ ਬਣੇ ਹੋਏ ਨੇ ਉੱਥੇ ਜਾ ਕੇ ਤੁਸੀਂ ਜੀਕੇ ਪੜਨਾ ਚਾਹੁੰਦੇ ਹੋ ਜੀਕੇ ਤੇ ਕਲਿੱਕ ਕਰ ਲੈਣਾ ਤਾਂ ਜਿਹੜਾ ਵੀ ਸਬਜੈਕਟ ਤੁਸੀਂ ਪੜਨਾ ਚਾਹੁੰਦੇ ਹੋ ਉਸ ਦੇ ਉੱਤੇ ਕਲਿੱਕ ਕਰਕੇ ਸਾਰੀਆਂ ਨੋਟਿਸ ਤੁਸੀਂ ਪੜ ਸਕਦੇ ਹੋ ਉੱਥੇ ਬਿਲਕੁਲ ਆਪਣੇ ਵਧੀਆ MCQ ਬਣਾ ਕੇ ਆ ਟਾਈਪ ਕਰਕੇ ਪੰਜਾਬੀ ਦੇ ਵਿੱਚ ਅਪਲੋਡ ਕੀਤੇ ਹੋਏ ਨੇ ਜਾ ਕੇ ਤੁਸੀਂ ਇੱਕ ਵਾਰ ਉਹ ਵੀ ਜ਼ਰੂਰ ਦੇਖਿਓ ਠੀਕ ਹੈ ਜੀ ਪ੍ਰਸ਼ਨ ਨੰਬਰ 10 ਤੇ ਚੱਲਦੇ ਆ ਗੋਇੰਦਵਾਲ ਸਾਹਿਬ ਸ਼ਹਿਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਪ੍ਰਸ਼ਨ ਨੰਬਰ 10 ਹੈਗਾ ਤਾਂ ਇਸ ਦਾ ਦੇਖੋ ਜੀ ਰਾਈਟ ਆਨਸਰ ਕੀ ਹੋਏਗਾ ਆਪਸ਼ਨ ਏ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹਰगोबिंद ਜੀ ਗੁਰੂ ਅਮਰਦਾਸ ਜੀ ਤੇ ਜਾਂ ਫਿਰ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਸਾਹਿਬ ਦੀ ਹੈ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਸ਼ਨ ਸੀ ਗੁਰੂ ਅਮਰਦਾਸ ਜੀ ਠੀਕ ਹੈ ਜੀ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਕੀਤੀ ਸੀ ਉਸ ਤੋਂ ਅੱਗੇ ਚੱਲਦੇ ਆ ਜੀ ਪ੍ਰਸ਼ਨ ਨੰਬਰ 11 ਤੇ ਮੀਰੀ ਅਤੇ ਪੀਰੀ ਨਾਮ ਦੀਆਂ ਦੋ ਤਲਵਾਰਾਂ ਕਿਸ ਗੁਰੂ ਸਾਹਿਬ ਜੀ ਨੇ ਧਾਰਨ ਕੀਤੀਆਂ ਸੀਗੀਆਂ ਆਪਸ਼ਨ ਏ ਗੁਰੂ ਅਰਜਨ ਦੇਵ ਜੀ ਜਾਂ ਫਿਰ ਗੁਰੂ ਹਰਗੋਬਿੰਦ ਜੀ ਜਾਂ ਗੁਰੂ ਗੋਬਿੰਦ ਸਿੰਘ ਜੀ ਜਾਂ ਫਿਰ ਗੁਰੂ ਨਾਨਕ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਗੁਰੂ ਹਰਗੋਬਿੰਦ ਜੀ ਹੈ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਹੈਗਾ ਇਹ ਪ੍ਰਸ਼ਨ ਦਾ ਠੀਕ ਹੈ ਜੀ ਅੱਗੇ ਚੱਲਦੇ ਆ ਅੱਗੇ ਪ੍ਰਸ਼ਨ 12ਵੇਂ ਤੇ ਪਾਈ ਲੈਣਾ ਜੀ ਕਿਸ ਗੁਰੂ ਸਾਹਿਬ ਜੀ ਦਾ ਮੋਢਲਾ ਨਾਮ ਸੀਗਾ ਪਾਈ ਲੈਣਾ ਜੀ ਤਾਂ ਆਪਸ਼ਨ ਏ ਗੁਰੂ ਅੰਗਦ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ ਏ ਹੈ ਗੁਰੂ ਅੰਗਦ ਦੇਵ ਜੀ ਦਾ ਮੋਢਲਾ ਨਾਮ ਸੀਗਾ ਪਾਈ ਲੈਣਾ ਜੀ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਇਹਨਾਂ ਦਾ ਨਾਮ ਸੀਗਾ ਜਦੋਂ ਇਹਨਾਂ ਨੇ ਗੁਰਗੱਦੀ ਤੇ ਬਿਰਾਜਮਾਨ ਹੋ ਗਏ ਸੀਗੇ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 13 ਤੇ ਪਾਈ ਜੇਠਾ ਜੀ ਕਿਸ ਗੁਰੂ ਸਾਹਿਬ ਜੀ ਦਾ ਮੋਢਲਾ ਨਾਮ ਸੀ ਆਪਸ਼ਨ ਏ ਗੁਰੂ ਅੰਗਦ ਦੇਵ ਜੀ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਜਾਂ ਗੁਰੂ ਰਾਮਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਇਹਨਾਂ ਦੇ ਵਿੱਚੋਂ ਦੇਖੋ ਜੀ ਰਾਈਟ ਆਨਸਰ ਕਿਹੜਾ ਹੈ ਜੀ ਪ੍ਰਸ਼ਨ ਨੰਬਰ 13 ਇਸਦਾ ਰਾਈਟ ਆਨਸਰ ਹੈ ਆਪਸ਼ਨ ਸੀ ਗੁਰੂ ਰਾਮਦਾਸ ਜੀ ਠੀਕ ਹੈ ਜੀ ਗੁਰੂ ਰਾਮਦਾਸ ਜੀ ਦਾ ਮੋਢੀ ਨਾਮ ਸੀਗਾ ਭਾਈ ਜੇਠਾ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 14 ਤੇ ਸਿੱਖਾਂ ਨੂੰ ਦਸਵੰਦ ਕੱਢਣ ਲਈ ਕਿਸ ਗੁਰੂ ਸਾਹਿਬ ਜੀ ਨੇ ਪ੍ਰੇਰਿਆ ਸੀਗਾ ਆਪਸ਼ਨ ਏ ਗੁਰੂ ਨਾਨਕ ਦੇਵ ਜੀ ਗੁਰੂ ਹਰ Rai ਜੀ ਜਾਂ ਗੁਰੂ ਰਾਮਦਾਸ ਜੀ ਤੇ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈਗਾ ਦਸਬੰਦ ਦੇ ਲਈ ਪ੍ਰੇਰਿਆ ਸੀਗਾ ਗੁਰੂ ਅਰਜਨ ਦੇਵ ਜੀ ਨੇ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ ਡੀ ਹੋ ਜਾਏਗਾ ਪ੍ਰਸ਼ਨ ਨੰਬਰ 14 ਦਾ ਆਨਸਰ ਆਪਸ਼ਨ ਡੀ ਹੈਗਾ ਗੁਰੂ ਅਰਜਨ ਦੇਵ ਜੀ ਨੇ ਪ੍ਰੇਰਿਆ ਸੀਗਾ ਠੀਕ ਹੈ ਜੀ ਤਾਂ ਇਸ ਦਾ ਰਾਈਟ ਆਨਸਰ ਗੁਰੂ ਅਰਜਨ ਦੇਵ ਜੀ ਹੈ ਆਪਸ਼ਨ ਡੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 15 ਤੇ ਲਾਵਾਂ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਲਾਵਾਂ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ অপশন এ குரு ਰਾਮਦਾਸ ਜੀ ਗੁਰੂ गोविंद ਸਿੰਘ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਨਾਨਕ ਦੇਵ ਜੀ অপশন এ ਇਸ ਦਾ ਰਾਈਟ ਆਨਸਰ ਹੈ ਗੁਰੂ ਰਾਮਦਾਸ ਜੀ ਨੇ ਠੀਕ ਹੈ ਆ ਰਚਨਾ ਕੀਤੀ ਸੀਗੀ ਲਾਮਾਂ ਦੀ ਗੁਰੂ ਰਾਮਦਾਸ ਜੀ ਠੀਕ ਹੈ ਜੀ ਪ੍ਰਸ਼ਨ ਨੰਬਰ 15 ਦਾ ਗੁਰੂ ਰਾਮਦਾਸ ਜੀ ਆਨਸਰ ਹੋਏਗਾ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 16 ਤੇ ਆਨੰਦ ਸਾਹਿਬ ਦੀ ਰਚਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਆਨੰਦ ਸਾਹਿਬ ਦੀ ਉਸ ਤੋਂ ਆਪਸ਼ਨ ਦੇਖੋ ਤੁਸੀਂ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਰਾਮਦਾਸ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਅਨੰਤ ਸਹਿਬ ਦੀ ਗੁਰੂ ਅਮਰਦਾਸ ਜੀ ਨੇ ਰਚਨਾ ਕੀਤੀ ਸੀਗੀ ਠੀਕ ਹੈ ਆਪਸ਼ਨ ਸੀ ਹੈਗਾ ਜਿਹੜਾ ਇਸ ਦਾ ਰਾਈਟ ਆਨਸਰ ਹੈਗਾ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 17 ਤੇ ਅਨੰਦਪੁਰ ਸਾਹਿਬ ਸ਼ਹਿਰ ਕਿਸ ਗੁਰੂ ਸਾਹਿਬ ਜੀ ਨੇ ਬਸਾਇਆ ਸੀਗਾ ਆਪਸ਼ਨ ਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਹਰगोबिंद ਜੀ ਜਾਂ ਫਿਰ ਸ਼੍ਰੀ ਗੁਰੂ ਰਾਮਦਾਸ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੋਏਗਾ ਆਪਸ਼ਨ ਏ ਇਸ ਦਾ ਰਾਈਟ ਆਨਸਰ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਸਾਇਆ ਸੀਗਾ ਸ਼੍ਰੀ ਅਨੰਦਪੁਰ ਸਾਹਿਬ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 18 ਤੇ ਬੰਦੀ ਛੋੜ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਆਪਸ਼ਨ ਏ ਗੁਰੂ ਅੰਗਦ ਦੇਵ ਜੀ ਗੁਰੂ ਹਰगोबिंद ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ ਬੀ ਹੈ অপশন বি শ্রী গুরু হরগোবিন্দ জি ਨੂੰ ਕਿਹਾ ਜਾਂਦਾ ਹੈ ਬੰਦੀ ਛੋੜ ਠੀਕ ਹੈ ਜੀ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 19 ਤੇ ਕਰਤਾਰਪੁਰ ਸਾਹਿਬ ਸ਼ਹਿਰ ਦੀ ਸਥਾਪਨਾ ਕਿਸ ਗੁਰੂ ਸਾਹਿਬ ਜੀ ਨੇ ਕੀਤੀ ਤਾਂ ਇਸ ਦਾ ਦੇਖੋ ਜੀ ਰਾਈਟ ਆਨਸਰ অপশন ਏ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ অপশন ਏ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਸਾਇਆ ਸੀਗਾ ਕਰਤਾਰਪੁਰ ਸਾਹਿਬ ਠੀਕ ਹੈ ਜੀ ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 20 ਤੇ ਤਾਂ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗੀਏ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਣੇ ਸਾਰੇ ਹੀ ਦੋਸਤਾਂ ਦੇ ਨਾਲ ਕਲਾਸ ਨੂੰ ਜ਼ਰੂਰ ਸ਼ੇਅਰ ਕਰਿਓ ਕੰਪਲੀਟ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਹੈ ਕੀਰਤਪੁਰ ਸ਼ਹਿਰ ਕਿਸ ਗੁਰੂ ਸਾਹਿਬ ਜੀ ਨੇ ਬਸਾਇਆ ਆ ਇਸਦੀ ਆਪਸ਼ਨ A ਗੁਰੂ ਅੰਗਦ ਦੇਵ ਜੀ ਗੁਰੂ ਹਰਗੋਬਿੰਦ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਗੁਰੂ ਅਰਜਨ ਦੇਵ ਜੀ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੈ ਆਪਸ਼ਨ B ਹੈ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਬਸਾਇਆ ਸੀਗਾ ਕੀਰਤਪੁਰ ਸਾਹਿਬ ਠੀਕ ਹੈ ਦਾ ਇਸ ਦਾ ਰਾਈਟ ਆਨਸਰ অপਸ਼ਨ B ਹੋ ਗਿਆ ਤਾਂ ਇਹ ਆਪਣੇ ਅੱਜ ਦੇ ਟੌਪ 20 MCQ ਸੀਗੇ ਜੇਕਰ ਕਲਾਸ ਵਧੀਆ ਲੱਗੀ ਆ ਲਾਈਕ ਕਰਿਓ ਤੇ ਆਪਣੇ ਗੁਰੂਆਂ ਦੇ ਨਾਮ ਠੀਕ ਹੈ ਜਿਵੇਂ ਕਿ ਇੱਕ ਨੰਬਰ ਪਾ ਕੇ ਪਹਿਲੇ ਗੁਰੂ ਸਾਹਿਬ ਦਾ ਨਾਮ ਦੂਜੇ ਗੁਰੂ ਸਾਹਿਬ ਦਾ ਨਾਮ ਤੀਜੇ ਇਸ ਤਰ੍ਹਾਂ ਤੁਸੀਂ ਦਸਾਂ ਗੁਰੂਆਂ ਸਾਹਿਬ ਦੇ ਨਾਮ ਇੱਕ ਸੀਕੁਐਂਸ ਦੇ ਵਿੱਚ ਲਿਖੋਗੇ ਠੀਕ ਹੈ ਤਰਤੀਬ ਦੇ ਵਿੱਚ ਲਿਖ ਕੇ ਤੁਸੀਂ ਨੇ ਕਮੈਂਟ ਕਰਨਾ ਤੇ ਨਾਲ ਹੀ ਇੱਕ ਕਮੈਂਟ ਇਹ ਵੀ ਕਰਿਓ ਕਿ ਤੁਹਾਡੇ ਅੱਜ ਦੀ ਕਲਾਸ ਦੇ ਵਿੱਚੋਂ ਕਿੰਨੇ ਕੁਐਸਚਨ ਸੀਗੇ ਜਿਹੜੇ ਸਹੀ ਸੀਗੇ ਤੇ ਵੀਡੀਓ ਜੇਕਰ ਵਧੀਆ ਲੱਗੀ ਜਰੂਰ ਦੱਸਣਾ ਇਸ ਤਰ੍ਹਾਂ ਦੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਰਚਨਾਵਾਂ ਦੇ ਨਾਲ ਰਿਲੇਟਡ ਵੀਡੀਓ ਆਵੇ ਤਾਂ ਮੈਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਇਸ ਤਰ੍ਹਾਂ ਦੀਆਂ ਵੀਡੀਓਜ਼ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲੈਣਾ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਮੈਥ ਰੀਜ਼ਨਿੰਗ ਪੰਜਾਬ ਜੀਕੇ ਦੀਆਂ ਪਲੇਲਿਸਟਾਂ ਬਣੀਆਂ ਪਈਆਂ ਨੇ ਉਹ ਜਾ ਕੇ ਤੁਸੀਂ ਨੇ ਜਰੂਰ ਦੇਖ ਲੈਣੀਆਂ ਨੇ ਹੁਣ ਤੱਕ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ